ਇਹਨਾਂ ਬੱਚਿਆਂ ਦੀ ਤਾਂ ਭੂਆ ਫੇਵਰੇਟ ਹੈ, ਪਰ ਆਪਣੇ ਨੰਬਰਾਂ ਦੀ ਫੇਵਰੇਟ ਕੌਣ ਹੈ ਤੇ ਮੈਥ ਵਿੱਚ ਕੀ ਕਹਿੰਦੇ ਆ ਆਓ ਦੇਖੀਏ। ਚੈਪਟਰ 3 ਸੰਖਿਆਵਾਂ ਨਾਲ ਖੇਡਣਾ ਪਲੇਇੰਗ ਵਿਦ ਨੰਬਰਸ। ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਟੌਪਿਕ ਸਮਝਣਾ ਉਹ ਹੈਗਾ ਪੰਜਾਬੀ ਚ ਗੁਣਨਖੰਡ, ਇੰਗਲਿਸ਼ ਚ ਫੈਕਟਰਸ। ਕੀ ਹੁੰਦਾ ਗੁਣਨਖੰਡ ਜਾਂ ਫੈਕਟਰਸ? ਕਿਸੇ ਨੇ ਕੋਈ ਪਹਿਲਾਂ ਥੋੜਾ ਬਹੁਤ ਪੜ੍ਹਿਆ ਹੋਵੇ ਜਾਂ ਕਿਸੇ ਨੂੰ ਕੋਈ ਹਿੰਟ ਹੋਵੇ ਦੱਸ ਸਕਦਾ ਗੁਣਨਖੰਡ ਜਾਂ ਫੈਕਟਰਸ ਕਿਵੇਂ ਕਹਿੰਦੇ? ਅੱਛਾ, ਦੋ ਦਾ ਟੇਬਲ ਕਿਸੇ ਨੂੰ ਆਉਂਦਾ? ਉਧਰ ਨੂੰ ਕਰਕੇ ਸੁਣਾਓ, ਦੋ ਦਾ ਬੜਾ ਉੱਚੇ ਰਹੇ। ਇੱਕ ਦੂਣੀ ਦੂਣੀ, ਦੋ ਦੂਣੀ ਚਾਰ, ਤਿੰਨ ਦੂਣੀ ਛੇ, ਚਾਰ ਦੂਣੀ ਅੱਠ, ਪੰਜ ਦੂਣੀ ਦਸ, ਛੇ ਦੂਣੀ ਬਾਰਾਂ, ਸੱਤ ਦੂਣੀ ਚੌਦਾਂ, ਅੱਠ ਦੂਣੀ ਸੋਲਾਂ, ਨੌ ਦੂਣੀ ਅਠਾਰਾਂ, ਦਸ ਦੂਣਾ ਵੀਹ। ਠੀਕ ਹੈ, ਵੈਰੀ ਗੁੱਡ। ਹੁਣ ਇਹਨੇ ਦੋ ਦਾ ਭਾਰਾ ਬੋਲਿਆ, ਦੋ ਚਾਰ ਛੇ ਅੱਠ ਦਸ ਬਾਰਾਂ ਚੌਦਾਂ ਸੋਲਾਂ ਅਠਾਰਾਂ ਵੀ ਆਈ ਜਵਾਬ ਆਉਂਦਾ ਹੈ ਨਾ। ਆਪਾਂ ਦੋ ਦਾ ਟੇਬਲ ਨੂੰ ਬੱਚੇ ਨੇ ਬੋਲਿਆ ਜਿਸ ਤਰ੍ਹਾਂ ਨੇ, ਤੇ ਦੋ ਦੇ ਟੇਬਲ ਤੇ ਦੋ ਇੱਕ ਦੋ ਦੋ ਦੂਣੀ ਚਾਰ ਛੇ ਅੱਠ ਦਸ ਬਾਰਾਂ ਚੌਦਾਂ ਸੋਲਾਂ ਅਠਾਰਾਂ ਵੀਹ ਆਈਆਂ ਨਾ ਰਕਮਾਂ। ਹੁਣ ਇਹ ਕਿਹੜੇ ਟੇਬਲ ਤੇ ਆਈਆਂ? ਤਾਂ ਦੋ ਜਿਹੜਾ ਹੈਗਾ ਇਹਨਾਂ ਸਾਰਿਆਂ ਦਾ ਗੁਣਨਖੰਡ ਫੈਕਟਰ ਹੋ ਗਿਆ। ਮਤਲਬ ਜਿਹੜੀ ਰਕਮ ਮੰਨ ਲਓ ਮੈਂ ਆਪਣੇ ਮਨ ਇੱਕ ਰਕਮ ਲੈ ਲਈ 36, ਹੁਣ ਆ ਰਕਮ ਜਿਹੜੇ ਜਿਹੜੇ ਟੇਬਲ ਤੇ ਭਾੜੇ ਤੇ ਜਾਂਦੀ ਹੈ ਉਹ ਭਾੜੇ ਇਹਦਾ ਕੀ ਹੋਣਗੇ? ਗੁਣਨਖੰਡ। ਇੰਗਲਿਸ਼ ਕੀ ਕਹਿੰਦੇ ਆ? ਫੈਕਟਰਸ। ਚਲੋ ਮੈਂ ਇੱਕ ਸੌਖੀ ਉਦਾਹਰਨ ਲੈਂਦੀ ਹੈ 12। ਹੁਣ ਆਪਾਂ ਇੱਕ ਐਗਜ਼ਾਮਪਲ ਲਿੱਤੀ ਹੈ 12। 12 ਮੈਨੂੰ ਦੱਸੋ ਦੋ ਦੇ ਭਾੜੇ ਤੇ ਆਉਂਦਾ ਨਾ, ਇਕਾਈ ਤੋਂ ਭਾੜਾ ਦੋ, ਉਸ ਤੋਂ ਬਾਅਦ ਅਗਲਾ ਭਾੜਾ ਦੋ ਤੋਂ ਅਗਲਾ ਤਿੰਨ ਦੇ ਭਾੜੇ ਦੇ 12 ਜਾਂਦਾ ਜਾਂਦਾ। ਹੁਣ 12 4 ਦੇ ਭਾੜੇ ਤੇ, ਠੀਕ ਹੈ, 5 ਦੇ ਭਾੜੇ ਤੇ, ਤਾਂ ਜਿਹੜੇ ਜਿਹੜੇ ਭਾੜੇ ਤੇ ਜਾਂਦਾ 6 ਦੇ ਭਾੜੇ ਤੇ ਵੀ ਤਾਂ 12 ਜਾਂਦਾ, ਤਾਂ ਜਿਹੜੇ ਜਿਹੜੇ ਭਾੜੇ ਤੇ 12 ਜਾਂਦਾ ਆ 4 ਭਾੜਿਆਂ ਤੇ ਜਾਂਦਾ ਤਾਂ ਇੱਕ ਆਪਦੇ ਭਾੜੇ ਤੇ ਵੀ ਤਾਂ ਜਾਂਦਾ ਹੀ ਹੈ 12 ਇਕਮ, ਯਾਨੀ ਕਿ ਆਪਦੇ ਭਾੜੇ ਤੇ ਵੀ ਤਾਂ ਜਾਂਦਾ ਹੀ ਹੈ। ਤਾਂ ਇਹ ਸਾਰੇ ਭਾੜੇ ਜਿਹੜੇ ਹੈ ਟੇਬਲ ਹੈ ਉਹ ਇਸ ਰਕਮ ਦੇ ਕੀ ਹੋ ਗਏ? ਗੁਣਨ। ਇੰਗਲਿਸ਼ ਕੀ ਕਹਿੰਦੇ ਆ? ਫੈਕਟਰ। ਸਮਝ ਲੱਗ ਗਈ? ਗੁਣਨ ਖੰਡ ਕਿਹਨੂੰ ਕਹਿੰਦੇ ਆ ਪਤਾ ਚੱਲ ਗਿਆ? ਟੇਬਲ ਜਿਹੜੇ ਤੇ ਕੋਈ ਵੀ ਰਕਮ ਭਾਗ ਹੁੰਦੀ ਹੈ। ਸਮਝ ਲੱਗ ਗਈ? 3.1 ਦਾ ਪਹਿਲਾ ਕੁਐਸਚਨ ਕਰਨਾ, ਉਹਦੇ ਕੀ ਹੈ? ਗੁਣਨ ਖੰਡ ਲਿਖੋ, ਰਾਈਟ ਫੈਕਟਰਸ। ਰਕਮਾਂ ਦਿੱਤੀ ਹੈ, ਪਹਿਲੀ ਰਕਮ ਕਿਹੜੀ ਹੈ? 18। ਹੁਣ 18 ਦੇ ਆਪਾਂ ਗੁਣਨ ਖੰਡ ਲਿਖਣੇ ਹੈ, ਮਤਲਬ ਆਪਾਂ ਉਹ ਸਾਰੇ ਭਾੜੇ ਦੇਖਣੇ ਹੈ ਜਿਨ੍ਹਾਂ ਦੇ ਭਾੜਿਆਂ ਤੇ 18 ਰਕਮ ਭਾਗ ਹੁੰਦੀ ਹੈ। ਠੀਕ ਹੈ ਜੀ, ਹੁਣ ਮੈਨੂੰ ਦੱਸੋ ਕਿਹੜੇ ਕਿਹੜੇ ਭਾੜੇ ਦੇ ਦੋ ਦੇ ਭਾੜੇ ਦੇ 18 ਦੇਖੀਦਾ, 4 ਦੇ ਭਾੜੇ ਤੇ 18 ਜਾਂਦਾ, 5 ਦੇ ਭਾੜੇ ਤੇ, 6 ਤੇ, 7 ਤੇ, 8 ਤੇ, 9 ਤੇ, ਵੈਰੀ ਗੁੱਡ, 9 ਦੂਨੀ
ਦੇ ਭਾੜੇ ਤੇ, 11 ਤੇ, 12 ਤੇ, 13 ਤੇ, 18 ਤੇ। ਵੈਰੀ ਗੁੱਡ, ਸਿੱਧਾ ਇਸ ਵਾਰ ਕਿੱਥੇ ਜਾਊਗਾ? 18। ਯਾਨੀ ਕਿ ਸਿਰਫ ਆਹ ਭਾੜੇ ਹੈ ਜਿਨ੍ਹਾਂ ਤੇ 18 ਜਾਂਦਾ ਹੈ, 2 ਦੇ ਭਾੜੇ ਤੇ 3, 6, 9 ਤੇ 1 ਆਪ ਦੇ ਭਾੜੇ ਤੇ। ਤਾਂ ਇਹ ਸਾਰੇ ਭਾੜੇ ਕੀ ਹੋ ਗਏ? ਇਹਦੇ ਗੁਣਨਖੰਡ ਹੋ ਗਏ, ਜਾਂ ਕੀ ਹੋ ਗਏ? ਫੈਕਟਰ। ਸਮਝ ਲੱਗ ਗਈ ਸਾਰਿਆਂ ਨੂੰ?